जिंदाबाद। देहनी ट्रक समिति के ऑपरेटरों ने कीर्तपुर मनाली एनएच की सड़कों पर प्रदर्शन किया। ट्रक ऑपरेटरों ने खाली ट्रक चलाकर पंजाब सरकार को जगाने की कोशिश भी की। ट्रक ऑपरेटर लगभग पिछले 2 महीने से कामकाज के लिए संघर्ष कर रहे हैं, लेकिन प्रशासन तथा सरकार उनको गंभीरता से नहीं ले रही है। इसके चलते अब वह प्रदर्शन पर उतर आए हैं। मामला हिमाचल के बॉर्डर पंजाब से जुड़ा हुआ है। ट्रक ऑपरेटरों का मानना है कि पड़ोसी राज्य हिमाचल प्रदेश की गाड़ियां पंजाब से माल ढुलाई कर रही हैं, जिससे उनके हिस्से का काम हिमाचल की गाड़ियों को मिल रहा है, जिस कारण अब वह संघर्ष करने को मजबूर हुए हैं। ये गल इदां है वीर जी, भई असी सरकारां नूं कहंदे रहे अज तक ते जे साडी सुनवाई नहीं होई तां असी रोड ते रोड प्रदर्शन करांगे, पर इन्हां ने इन्ना ईजी नहीं लिया। इन्हां ने सोचा वी जिस तरीके नाल इह पहलां वी उत्थे बैठे बोलदे सी, पर इह ऐवें ही गल्लां करदे आ, पर अज दे रोस प्रदर्शन च इह साडे कोल 40-45 गड्डियां लईआं असीं अज, पर जिहड़ा अगला साडा इह होऊगा असीं उहदे विच घट्टो घट्ट 826 ਗੱਡੀ ਵਿੱਚੋਂ 500-600 ਗੱਡੀ ਅਸੀਂ ਨਾਲ ਲੈ ਕੇ ਤੁਰਾਂਗੇ। ਫਿਰ ਅਸੀਂ ਵਾਪਸ ਨਹੀਂ ਲੈ ਕੇ ਜਾਣੀ, ਅਸੀਂ ਜਿਹੜੀਆਂ ਗੱਡੀਆਂ ਹੈ SDM ਸਾਹਿਬ ਦੇ ਦਫ਼ਤਰ ਜਾਂ DC ਸਾਹਿਬ ਦੇ ਦਫ਼ਤਰ ਦੇ ਅੱਗੇ ਖੜੀਆਂ ਕਰਾਂਗੇ। ਉਹਨਾਂ ਨੂੰ ਕਾਗਜ਼ ਪੱਤਰ ਹੈ ਜਿਹੜੇ ਉਹ ਦਵਾਂਗੇ। ਅਸੀਂ ਉਹਨਾਂ ਨੂੰ ਇਹ ਵੀ ਕਹਾਂਗੇ, ਜਨਾਬ ਇਹਨਾਂ ਗੱਡੀਆਂ ਦੇ ਕਾਗਜ਼ ਭਰੋ ਜਾਂ ਇਹਨਾਂ ਦੀਆਂ ਕਿਸ਼ਤਾਂ ਭਰੋ, ਜਦੋਂ ਸਾਡੇ ਕੋਲ ਕੰਮ ਹੀ ਨਹੀਂ ਹੈ, ਅਸੀਂ ਗੱਡੀਆਂ ਕਰਨੀਆਂ ਕੀ ਹੈ। ਸਾਡੇ ਲੋਕੀ, ਸਾਡੇ ਭਰਾ ਇਹਨਾਂ ਗੱਡੀਆਂ ਦੀਆਂ ਕਿਸ਼ਤਾਂ ਤੋਂ ਡਰਦੇ ਮਾਰੇ ਕੋਈ ਘਰ ਛੱਡ ਕੇ ਚਲ ਗਏ, ਆਪਣੇ ਬੱਚਿਆਂ 'ਚ ਨਹੀਂ ਰਹੇ। ਕੁਛ ਬੰਦੇ ਆਪਣੀਆਂ ਖੁਦਕੁਸ਼ੀਆਂ ਕਰ ਚੁੱਕੇ ਨੇ, ਕੁਛ ਬੰਦਿਆਂ ਨੇ ਕਰ ਲੈਣੀਆਂ ਜੇ ਇਸ ਤਰੀਕੇ ਨਾਲ ਸਾਡੇ ਨਾਲ ਵਿਵਹਾਰ ਹੁੰਦਾ ਰਹੇ। ਕਿਸ਼ਤਾਂ ਦੇ ਗੱਡੀਆਂ ਵੀ ਨਹੀਂ, ਜ਼ਮੀਨ ਵੀ ਨਹੀਂ, ਟੁੰਬਾ ਵੀ ਨਹੀਂ। ਐਸੇ ਬੰਦੇ ਆ 5-7 ਜਿਹੜੇ ਆਪਣੇ ਘਰਾਂ 'ਚੋਂ ਗਾਇਬ ਹੋ ਗਏ, ਵਿਚਾਰੇ ਮੁੜ ਕੇ ਨਹੀਂ ਆਏ ਕਿਸ਼ਤਾਂ ਦੇ ਡਰ ਦੇ। ਔਰ ਕਹਿੰਦੇ ਕਈ ਬੰਦੇ ਨੇ ਆਪਣੇ ਕੀਰਤਪੁਰ ਦੇ ਬੰਦੇ ਆ ਸਾਡੇ, ਇੱਕ ਦੋ ਬੜੇ ਪਿੰਡ ਵੱਲ ਉੱਧਰ ਖੁਦਕੁਸ਼ੀ ਕਰ ਲਈ, ਨਹਿਰਾਂ ਛਾਲਾਂ ਮਾਰਤੀਆਂ ਸਿਰਫ ਡਰਦਿਆਂ ਨਾ ਕਿਸ਼ਤਾਂ ਤੋਂ, ਕਿਉਂਕਿ ਸਾਡਾ ਜਿਹੜਾ ਕੰਮ ਹੈ ਟੋਟਲ ਹਿਮਾਚਲ ਦੀ ਗੱਡੀ ਚੱਕ ਰਹੀ, ਚਾਹਾ ਉਹ ਕੀਰਤਪੁਰ ਹੋਵੇ, ਚਾਹਾ ਉਹ ਸਾਡੇ ਆ ਦੇਣੀ ਵਾਲੇ ਕੰਮ ਹੋਣ ਸਾਡੇ ਦੇਣੀ ਸੁਸਾਇਟੀ ਦੇ, ਚਾਹਾ ਉਹ ਸਾਡਾ ਆ ਥਰਮਲ ਦਾ ਅੰਬੂਜਾ ਪਲਾਟ ਹੋਵੇ ਰੋਪੜ ਘਨੌਲੀ ਵਾਲਾ। ਸਾਡੇ ਕੋਲ ਘੱਟੋ ਘੱਟ 15,000 ਗੱਡੀ ਦਾ ਕੰਮ ਹੈ, ਅੱਧਾ ਪੰਜਾਬ ਗੱਡੀ ਜਿਹੜੀ ਰੋਪੜ ਜ਼ਿਲ੍ਹੇ 'ਚੋਂ ਚੱਲ ਸਕਦੀ ਪੰਜਾਬ ਦੀ। ਪਰ ਪਤਾ ਨਹੀਂ ਕਿਹੜੀਆਂ ਤਾਕਤਾਂ ਕਿਹੜੀਆਂ ਸਾਜ਼ਿਸ਼ਾਂ ਇਹ ਗੱਡੀ ਉਹ ਚਲਵਾ ਰਹੀਆਂ। ਟੋਟਲ ਗੱਡੀ ਹਿਮਾਚਲ ਦੀ ਰਣਜੀ ਕਮੇਟੀ ਵੀ ਦਿਖਾ ਦੇਣ ਕੱਢ ਗਿਆ। ਮਨੀਸ਼ ਜੀ ਕੋਈ ਗੱਲ ਇੱਕ ਵੀ ਮੈਨੂੰ ਦੱਸ ਦਿਓ, ਚਾਹੇ ਤੁਸੀਂ ਆ ਕੋਲੇ 'ਤੇ ਜਾਇਓ, ਇੱਕ ਪੰਜਾਬ ਨੰਬਰ ਗੱਡੀ ਦਿਖਾ ਦਿਓ, ਕਿਸੇ ਪਿੰਡ 'ਚ ਜਾਇਓ 56 'ਚ ਜਿਹੜੇ ਸਾਡੇ ਏਰੀਏ 'ਚ ਪੈਂਦੇ, ਉਹਦੇ ਵਿੱਚ ਇੱਕ ਪੰਜਾਬ ਨੰਬਰ ਗੱਡੀ ਜਿਹੜੀ ਸਾਡੀ ਭਰ ਕੇ ਜਾਂਦੀ ਹੈ, ਬਸ ਸਭ ਘਰੇ ਖੜੀਆਂ। ਇਹ ਨੀਤੀਆਂ ਗੱਲਾਂ ਹੈ, ਸਰਕਾਰਾਂ ਦੀਆਂ ਦਾਅਵੇ ਹੈ, ਸਰਕਾਰ ਨਹੀਂ ਹੈਗੇ। ਇਹ ਵਿਚਾਰੇ ਰੋਗ ਬੜਾ ਇਹਨਾਂ ਨੇ ਪਿੱਟ ਲਿਆ, ਸਿਆਪਾ ਪਾਲਿਆ, ਸਰਕਾਰਾਂ ਸਾਰੇ ਬੰਨੇ ਜਾ ਪਰ ਹੈ ਨਹੀਂ ਸੁਣਿਆਈ ਹੋ ਰਹੀ। ਤੁਹਾਨੂੰ ਅਸੀਂ ਅੱਜ ਬੇਨਤੀ ਕਰਦੇ ਹਾਂ, ਜਿਹੜਾ ਵੱਡੇ ਪੱਧਰ ਤੇ ਧਰਨਾ ਜਿਹੜਾ ਇਹ ਤਾਂ ਕੁਛ ਨਹੀਂ, ਇਹ ਨਿੱਕੀ ਜੀ ਕਾਲ ਦਿੱਤੀ ਸੀ, ਕਾਲ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਤੀ ਜਾਊਗੀ। ਤੁਸੀਂ ਇਹ ਗੱਲ ਨੋਟ ਕਰ ਲਿਓ, ਜਿੰਨੀਆਂ ਵਾਰਾਂ ਗਾਇਆਂ ਹੈ ਘੁੰਮ ਰਹੀਆਂ ਸਾਡੇ ਏਰੀਏ 'ਚ, ਇਹਨਾਂ ਟਰੱਕਾਂ ਦੇ ਵਿੱਚ ਭਰ ਕੇ ਅਸੀਂ DC ਦਫ਼ਤਰ ਦੇ ਮੂਹਰੇ ਲੈ ਕੇ ਜਾਵਾਂਗੇ। ਅਸੀਂ ਆਪਣੀ ਯੂਨੀਅਨ ਵੱਲੋਂ ਵੀ ਇਹਨਾਂ ਵੀਰਾਂ ਦੇ ਸਾਥ ਇਹਨਾਂ ਟਰੱਕਾਂ ਦੇ ਵਿੱਚ ਭਰ ਕੇ, ਸਾਡੇ ਕੋਲ ਤਾਂ ਮਾਲ ਹੀ ਹੈ ਨਹੀਂ ਆ ਕੋਈ ਭਰਨ ਵਾਸਤੇ, ਤੇ ਸਿਰਫ ਇੱਕ ਮਾਲ ਸਾਡੇ ਕੋਲ ਹੀ ਬਚਿਆ ਹੈ। ਇਹ ਗਾਇਆਂ ਜਿੰਨੀਆਂ ਵਾਰਾਂ ਨੇ ਇਹ ਭਰ ਕੇ ਟਰੱਕਾਂ ਦੇ ਟਰੱਕ ਅਸੀਂ DC ਦੇ ਮੂਹਰੇ ਖੜਾਂਗੇ, ਚਾਬੀਆਂ ਵੀ ਦੇ ਕੇ ਆਵਾਂਗੇ ਜਿੱਦਾਂ ਪ੍ਰਧਾਨ ਜੀ ਨੇ ਕਿਹਾ, ਤੇ ਅਸੀਂ ਗਾਇਆਂ ਵੀ ਇਹਨਾਂ ਨੂੰ ਸੌਂਪ ਕੇ ਆਵਾਂਗੇ। ਫਿਰ ਜਿਹੜਾ ਅਸੀਂ ਜਾੜਾ ਕਰਨ ਵਾਸਤੇ ਥੋੜੇ ਬੈਠੇ ਹਾਂ, ਜਾੜਾ ਸਾਡਾ ਹੋ ਰਿਹਾ, ਨੁਕਸਾਨ ਸਾਡਾ ਹੋ ਰਿਹਾ, ਇਹਨਾਂ ਲੋਕਾਂ ਨੂੰ ਕਿਹਾ, ਚੇਅਰਮੈਨੀਆਂ ਲੋਕ ਸਾਡੇ ਸਿਰਾਂ ਤੇ ਲੱਗੇ, ਪ੍ਰਧਾਨ ਗੀਆਂ MLA ਲੋਕ ਸਾਡੇ ਸਿਰਾਂ ਤੇ ਬਣ ਗਏ, ਤੇ ਅੱਜ ਇਹਨਾਂ ਲੋਕਾਂ ਨੂੰ ਟਿੱਚ ਜਾਣ ਡਿਆ ਹੈ। ਇਹ ਦੇਖੋ, ਇਹ ਗੱਲਾਂ ਸਰਕਾਰਾਂ ਨੂੰ ਸੋਚਣੀਆਂ ਚਾਹੀਦੀਆਂ, ਸਮਝਣੀਆਂ ਚਾਹੀਦੀਆਂ ਇਹਨਾਂ ਦਾ ਦਰਦ। ਅੱਜ ਦਾ ਪ੍ਰਧਾਨ ਜੀ ਨੇ ਕਿਹਾ, ਇੱਕ ਨਿੱਕੀ ਜਿਹੀ ਖਬਰ ਉੱਡੀ ਸੀ ਆਪਣੇ ਹਸਪੀਟਲ ਦੀ, ਤੇ ਕਿੰਨੀ ਛੇਤੀ ਪ੍ਰਸ਼ਾਸਨ ਕੱਲ ਦਾ ਨੱਠਿਆ ਭੱਜਿਆ ਫਿਰਦਾ, ਤੇ ਜਿਹੜਾ 800 ਪਰਿਵਾਰ ਉੱਥੇ ਬੈਠਾ, 800 ਗੱਡੀ ਦੇ ਨਾਲ, ਤੁਸੀਂ ਦੁਕਾਨਦਾਰ ਵੀਰ ਲਾ ਲਓ, ਤੁਸੀਂ ਹਰੇਕ ਵਰਗ ਦੇ ਦੁਕਾਨਦਾਰੀ ਸਿਸਟਮ ਹੈ, ਚਾਹੇ ਗਲੀਸ ਵਾਲਾ ਹੀ ਹੈ, ਪੈਂਚਰ ਵਾਲਾ ਹੀ ਹੈ, ਸਾਰੇ ਇਸ ਕਿੱਤੇ ਦੇ ਨਾਲ ਜੁੜੇ ਆ, ਇਹਨਾਂ ਦੀ ਆਵਾਜ਼ ਬਣੀ ਹੈ। ਅਸੀਂ ਕਹਿੰਦੇ ਇਹਨਾਂ ਵੀਰਾਂ ਦਾ ਟਰੱਕ ਸੁਸਾਇਟੀ ਦੇਣੀ ਵਾਲੇ ਭਰਾਵਾਂ ਦਾ ਸਾਥ ਦਈਏ, ਸਾਡਾ ਆਪਣਾ ਫਰਜ਼ ਬਣਦਾ ਹੈ, ਸਾਡੀ ਜ਼ਮੀਰ ਨੂੰ ਜਿਉਣਾ ਪੈਣਾ ਸਾਨੂੰ, ਇਹ ਸਰਕਾਰਾਂ ਨੇ ਕੁਝ ਨਹੀਂ ਕਰਨਾ, ਇਹ ਤੇ ਚੱਲ ਗਏ ਬਸ, ਇਹਨੇ ਤੇ ਜਾ ਕੇ ਹੁਣ ਅਗਲੀ ਵਾਰ ਉੱਧਰ ਬੰਨੇ ਇਲੈਕਸ਼ਨ ਲੜਨੀ ਹੈ, ਸਾਡੇ ਵੱਲੋਂ ਤੇ ਗਿਆ ਗੁਜ਼ਰਿਆ।